ਤੁਨੂੰ ਮੈਂ ਕੁੱਕ ਹਾੜੀ ਸੋਣੀ ਵੇਚ ਵੱਟ ਖਾ ਗਿਆ ਕੀਤਾ ਸਾਡੇ ਨਾਲ ਧੋਖਾ ਕਿਤੇ ਮੇਰੀ ਭੈਣ ਕੋਈ ਗਹਿਣਾ ਗਿੱਟਾ ਮੰਗ ਲਵੇ ਨਾ ਹੋਈ ਨਾ ਐਤਕੀ ਕਣਕ ਵਧੀਆ ਹੋਈ ਹੈ ਝੋਨਾ ਵਧੀਆ ਹੋਇਆ ਬਸ ਆਪਾਂ ਤੈਨੂੰ ਬਣਾ ਦੇ ਪਰ ਕਿੱਥੇ ਭੈਣ ਜੀ ਆ ਮੇਲੇ 'ਚ ਮਿਲਦੇ ਹੁੰਦੇ ਨਾ ਆਰਟੀਫਿਸ਼ਲ ਗਰੰਟੀ ਵਾਲੇ ਸੇਮ ਸੋਨਾ ਹੀ ਲੱਗਦੇ ਆ ਨਾਲੇ ਕਹਿੰਦੇ ਜੇ ਕਾਲੇ ਹੋ ਗਏ ਅਗਲੇ ਸਾਲ ਮੋੜ ਕੇ ਨਵੇਂ ਲੈ ਜੀ ਅੱਗੋਂ ਭਾਜੀ ਹੋਣੇ ਵੀ ਬੜੇ ਸਿਆਣੇ ਹੋ ਗਏ ਹੋਏ ਅੱਜ ਪਤਾ ਕੀ ਕਹਿੰਦੇ ਲੈ ਕਾਲੇ ਕੱਛਿਆਂ ਵਾਲੇ ਫਿਰਦੇ ਆ ਐਵੇਂ ਕੰਨ ਕੁੰਨ ਕੜਵਾ ਕੇ ਬੈਠੀ ਚੁੱਪ ਕਰਕੇ ਬੈਠੀ ਰਹੇ ਤੂੰ ਸਿੰਪਲ ਹੀ ਸੋਹਣੀ ਹੈ ਤੈਨੂੰ ਮੈਂ ਹੀ ਦੇਖਾਂ ਬੜੀ ਸੋਹਣੀ ਲੱਗਦੀ ਕਿਉਂਕਿ ਅੱਜ ਕੱਲ੍ਹ ਬਹਾਨੇ ਮਹਿੰਗਾਈ ਬਹੁਤ ਹੋ ਗਈ ਹੋਈ ਹੈ ਤੇ ਮਹਿੰਗਾਈ ਦੇ ਨਾਲ ਬਹਾਨੇ ਵੀ ਉਹਨੇ ਸੋਚਦੇ ਨੇ ਅੱਜ ਕੱਲ੍ਹ ਕੀ ਹੈ ਕਹਿੰਦਾ ਸੀ ਕਢਾ ਧੂ ਕੰਨੀ ਵਾਲੀਆਂ ਲੈ ਤੂੰ ਨੱਕ ਨੂੰ ਮੈਂ ਹਾੜੀ ਸੋਹਣੀ ਵੇਚ ਵੱਟ ਖਾ ਗਿਆ ਕੀਤਾ ਸਾਡੇ ਨਾਲ ਧੋਖਾ ਨਹੀਂ ਉਹ ਕੁਝ ਲੈ ਕੇ ਦੇਣਾ ਮਰਜ਼ੀ ਤੇਰੀ ਨਹੀਂ ਉਹ ਕੁਝ ਲੈ ਕੇ ਦੇਣਾ ਮਰਜ਼ੀ ਤੇਰੀ ਵੀ ਅਸਾਂ ਮੂੜੀ ਮੂੜੀ ਕੇ ਨਹੀਂ ਕਹਿਣਾ ਭੈਣਾਂ ਵੀ ਸਾਡੀਆਂ ਭੋਲੀਆਂ ਹੁੰਦੀਆਂ ਬਹਾਨੇ ਪਤਾ ਕਿਹੋ ਜਿਹੇ ਲਾਉਂਦੀਆਂ ਵੀਹੋਂ ਤੇ ਸਾਲੀ ਕਣਕਾਂ ਦੀ ਮੈਂ ਨੀ ਰੱਖੀ ਭੈਣਾ ਅੱਜ ਜੀ Thank you.
ਜਦੋਂ ਗੁੱਸਾ ਚੜਿਆ ਹੋਵੇ ਨਾ ਭੈਣਾ ਫਿਰ ਮੈਨੇ ਵੀ ਬੜੇ ਤਗੜੇ ਦੀ ਜਾਂ ਤਾਂ ਭਾਂਡੇ ਮਾਂਜਦੀ ਆ ਭਾਂਡਿਆਂ ਦੇ ਵਿੱਚ ਦੀ ਕੱਢੀ ਜਾਂ ਚਲਾ ਚਲਾ ਕੇ ਜਾਂ ਫਿਰ ਡੰਗਰਾਂ ਨੂੰ ਪੱਠੇ ਪਾਉਂਦੀ ਉਹਨਾਂ ਦੇ ਵਿੱਚ ਦੀ ਕੱਢਣੀ ਕਹਿੰਦੇ ਉਹ ਵੀ ਆਖਾਂ ਧੀ ਨੂੰ ਸੁਣਾਵਾਂ ਨੌ ਨੂੰ ਉਹ ਵਾਲਾ ਕੰਮ ਹੁੰਦਾ फटी गुलाब